ਨਮਸਕਾਰ ਦੋਸਤੋ, ਮੈਂ ਅਸ਼ੋਕ ਚੋਪੜਾ, ਤੁਸੀਂ ਦੇਖ ਰਹੇ ਸੜੀ ਹਲਚਲ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਗਣੇਸ਼ ਵਿਸਰਜਨ ਕੀਤਾ ਜਾ ਰਿਹਾ ਅਤੇ ਉਸੀ ਉਪਲਕਸ਼ ਬਿਬੋਰ ਸਾਹਿਬ ਘਾਟ 'ਤੇ ਅਸੀਂ ਪਹੁੰਚੇ ਹਾਂ, ਜਿੱਥੇ ਅਜੋਲੀ ਮੋੜ ਦੀ ਸ਼ਾਸਤਰੀ ਮਾਰਕੀਟ ਦੁਆਰਾ ਗਣੇਸ਼ ਵਿਸਰਜਨ ਕੀਤਾ ਜਾ ਰਿਹਾ ਹੈ। ਦੇਖ ਸਕਦੇ ਹੋ ਭਾਰੀ ਸੰਖਿਆ ਜਿਹੜੀ ਸੰਗਤ ਸ਼ਰਧਾਲੂ ਇੱਥੇ ਪਹੁੰਚੇ ਹੋਏ ਆ। ਗਣਪਤੀ ਬਾਪਾ ਮੋਰਿਆ ਅਗਲੇ ਵਰਸ਼ ਤੋਂ ਜਲਦੀ ਆ ਦੇ ਜੈਕ ਗੋਸ਼ ਲੱਗਦੇ ਹੋਏ ਤੁਸੀਂ ਸੁਣ ਸਕਦੇ ਹੋ ਸਕਰੀਨ ਤੇ। ਪੂਜਾ ਅਰਚਨਾ ਚੱਲ ਰਹੀ ਹੈ ਜੀ ਅੰਤਿਮ ਵਿਦਾਈ ਵਾਸਤੇ। ਦੇਖ ਸਕਦੇ ਹੋ ਕਿ ਸਤਲੁਜ ਦਰਿਆ ਬਿਲਕੁਲ ਵਿੱਚ ਜਾ ਕੇ ਜਿਹੜਾ ਵਿਸਰਜਨ ਗਣੇਸ਼ ਜੀ ਦੀ ਪ੍ਰਤਿਮਾ ਦਾ ਕੀਤਾ ਜਾਣਾ ਹੈ। ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਿਬੋਰ ਸਾਹਿਬ ਘਾਟ ਤੋਂ, ਜਿੱਥੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪ੍ਰਤਿਮਾ ਨੂੰ ਅੱਜ ਵਿਸਰਜਿਤ ਕੀਤਾ ਜਾਣਾ ਹੈ। ਪਿਛਲੇ 9-10 ਦਿਨਾਂ ਤੋਂ ਅਜੋਲੀ ਮੋੜ ਦੇ ਵਿੱਚ ਜਿੱਥੇ ਰੌਣਕਾਂ ਸੀ, ਅੱਜ ਇਸ ਤੋਂ ਬਾਅਦ ਕਾਫੀ ਬੇਰੌਣਕ ਹੋ ਜਾਣੀਆਂ ਹੈ। ਲੋਕ ਨਮ ਆਖਾਂ ਨਾਲ ਵਿਦਾਈ ਦੇ ਰਹੇ। ਪੂਜਾ ਅਰਚਨਾ ਚੱਲ ਰਹੀ ਹੈ ਅੰਤਿਮ ਵਿਦਾਈ ਤੋਂ ਪਹਿਲਾਂ।
ਭਾਜੀ ਤੁਸੀਂ ਸਾਈਡ ਨੂੰ ਆਈਓ। ਗਣਪਤੀ ਬੱਪਾ ਬਿਲਕੁਲ ਜੀ, ਅੰਤਿਮ ਵਿਦਾਈ ਦੇਣ ਵਾਸਤੇ ਕਿਸ਼ਤੀ 'ਚ ਵਿਰਾਜਿਤ ਕੀਤੇ ਗਏ ਆ ਅਤੇ ਬਿਲਕੁਲ ਦਰਿਆ ਦੇ ਵਿੱਚੋਂ ਵਿੱਚ ਜਾ ਕੇ ਜਿਹੜਾ ਵਿਸਰਜਨ ਕੀਤਾ ਜਾਣਾ ਹੈ। ਗਣਪਤੀ ਬੱਪਾ ਹੋਰੀਆ, 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 ਗਣਪਤੀ ਬੱਪਾ ਉਸਤਾਦ ਸੇੜ ਯਾਰ, ਗਣਪਤੀ ਬੱਪਾ ਹੋਰੀਆ, ਗਣਪਤੀ ਬੱਪਾ
ਨਹੀਂ ਬੈਠੋ ਜਰਾ ਉੱਧਰ ਬਹਿ ਉੱਥੇ ਬੈਠੋ ਮਿੱਟੀ ਦਾ ਹੋ ਗਿਆ ਸਾਰਾ।
ਬਿਲਕੁਲ ਜੀ, ਮੂਰਤੀ ਵਿਸਰਜਨ ਕੀਤੀ ਗਈ, ਤੁਸੀਂ ਲਾਈਵ ਤਸਵੀਰਾਂ ਦੇਖਿਆ, ਅਤੇ ਹੁਣ ਛੋਟੀਆਂ ਮੂਰਤੀਆਂ ਜੀ ਜਿਹੜੀਆਂ ਲੋਕਾਂ ਨੇ ਆਪਣੇ ਆਪਣੇ ਘਰ ਰੱਖੀਆਂ ਹੋਈਆਂ ਸੀ, ਉਹਨਾਂ ਦਾ ਵਿਸਰਜਨ ਕੀਤਾ ਜਾ ਰਿਹਾ। ਗਣਪਤੀ ਬੱਪਾ।